इनकलाब, आम आदमी पार्टी, बोले सोनिहाल, वाहिगुरु जी का खालसा, श्री वाहिगुरु जी की फतेह। ਵੱਖ ਵੱਖ ਪਿੰਡਾਂ ਤੋਂ ਤੁਸੀਂ ਬੜੇ ਲੰਮੇ ਸਮੇਂ ਤੋਂ ਇੱਥੇ ਆਏ ਆ, ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਲੰਬੇ ਸਮੇਂ ਤੋਂ, ਪਿਛਲੇ ਕਈ ਸਾਲਾਂ ਤੋਂ ਸਾਡੀ ਟੀਮ ਦਾ ਸਾਥ ਦਿੰਦੇ ਆ ਰਹੇ ਹੋ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਵਾਰ ਆਪਣੀ ਪਾਰਟੀ ਦਾ ਇੱਕ ਨਾਰਾ ਬੁਲੰਦ ਕਰ ਦਿਓ, ਤੁਹਾਨੂੰ ਪਤਾ ਲੱਗ ਜੂ, ਮੈਨੂੰ ਵੀ ਪਤਾ ਲੱਗ ਜੂ, ਆਸੇ ਪਾਸੇ ਦੇ ਪਿੰਡਾਂ ਨੂੰ ਹਲਕੇ ਦੇ ਅਤੇ ਜੇ ਬੜੀ ਤਰਸ਼ੀ ਨਿਗਾਹ ਦੇ ਨਾਲ ਆਪਾਂ ਨੂੰ ਮੀਡੀਆ ਥਰੂ ਕੈਮਰਿਆਂ 'ਚ ਅਕਾਲੀ ਕਾਂਗਰਸੀ ਦੇਖਦੇ ਹੋਣਗੇ, ਉਹਨਾਂ ਨੂੰ ਵੀ ਪਤਾ ਲੱਗ ਜੂ ਵੀ ਬਾਗੇ ਪੁਰਾਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਿੰਨਾ ਜੋਸ਼ ਆ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮਾਫੀਆ ਸ਼ੁਰੂ ਕਿਹਨੇ ਕੀਤਾ? ਇੰਨੇ ਬਜ਼ੁਰਗ ਬੈਠੇ ਆ, ਅਕਾਲੀ ਦਲ ਆਉਣ ਤੋਂ ਪਹਿਲਾਂ ਪਿਛਲੇ ਆਹ 15-20 ਸਾਲ ਤੋਂ ਪਹਿਲਾਂ ਕਦੇ ਕਿਸੇ ਨੇ ਮਾਫੀਆ ਸ਼ਬਦ ਸੁਣਿਆ ਸੀ? ਕਿਹਨੇ ਸੁਣਿਆ ਸੀ? ਰੇਤ ਮਾਫੀਆ, ਸ਼ਰਾਬ ਮਾਫੀਆ ਸ਼ੁਰੂ ਇਹਨਾਂ ਨੇ ਕੀਤਾ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ। ਕਾਂਗਰਸੀਆਂ ਨੇ ਤਾਂ ਸਿਰਫ ਉਹ ਜਿਹੜੀ ਰੀਤ ਚਲਾਈ ਸੀ ਸੁਖਬੀਰ ਸਿੰਘ ਬਾਦਲ ਨੇ, ਉਹਨੂੰ ਅੱਗੇ ਲੈ ਕੇ ਗਏ ਆ। ਆ ਤੁਹਾਨੂੰ ਦੇ ਇੱਥੇ MLA ਵਰਗੇ ਜਿਹੜੇ ਸ਼ਰਾਬਾਂ ਵੰਡ ਕੇ ਇਲੈਕਸ਼ਨਾਂ ਲੜਦੇ ਆ, ਜਿਹੜੇ ਪੈਸੇ ਦੇ ਕੇ ਇਲੈਕਸ਼ਨਾਂ ਲੜਦੇ ਆ, ਲੋਕਾਂ ਨੂੰ ਲਾਲਚ ਦੇ ਕੇ ਇਲੈਕਸ਼ਨਾਂ ਲੜਦੇ ਆ, ਉਹ ਕਿਵੇਂ ਪੰਜਾਬ ਨੂੰ ਤਾਰਾ ਸਿਰ ਖੜਾ ਕਰਦੇ ਨੇ? ਆ ਜਿਵੇਂ ਅੰਮ੍ਰਿਤਪਾਲ ਨੇ ਗੱਲਾਂ ਕੀਤੀਆਂ, ਜਿਹੜਾ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਇਲੈਕਸ਼ਨ ਲੜਦਾ, ਉਹ ਕਿੱਦਾਂ ਸਕੂਲਾਂ ਦੀ ਗੱਲ ਕਰਦਾ? ਉਹ ਕਿੱਦਾਂ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਤੋਂ ਹਟਾ ਦੂਗਾ? ਉਹ ਕਿੱਦਾਂ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਦੂ? ਕਿਉਂਕਿ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ, ਵਪਾਰ ਬਣਾਇਆ ਹੋਇਆ। ਆ ਪੌਣੇ 5 ਸਾਲ ਵੀ ਆਈ ਹੋਏ ਆ, ਰੱਜ ਕੇ ਲੁੱਟਿਆ ਪੰਜਾਬ ਨੂੰ। ਜੇ ਬਾਦਲਾਂ ਵੇਲੇ 2.25 ਲੱਖ ਕਰੋੜ ਦਾ ਕਰਜ਼ਾ ਸੀ, 2.25 ਲੱਖ ਕਰੋੜ ਰੁਪਇਆ ਸਾਲ ਦੇ ਵਿੱਚ ਚੜ੍ਹਿਆ ਪਿਛਲੇ 4.5 ਸਾਲਾਂ ਦੇ ਵਿੱਚ। ਜਾਂਦਾ ਬੱਚਾ ਸਾਡਾ 1 ਲੱਖ ਰੁਪਏ ਦਾ ਕਰਜ਼ਾ ਹੀ ਹੈ। ਇਹ ਕਿਹਨੇ ਕੀਤਾ? ਇਕੱਲਾ ਕੈਪਟਨ ਕਰ ਗਿਆ, ਸਾਰੀ ਟੀਮ ਸੀ। ਆ ਜਿਵੇਂ ਅੰਮ੍ਰਿਤਪਾਲ ਨੇ ਕਿਹਾ, ਅਲੀ ਬਾਬਾ ਚਾਰੀ ਚੋਰ, ਕਿਉਂਕਿ ਉਹਨਾਂ ਨੂੰ ਪਤਾ ਸੀ 4.5 ਸਾਲ ਇੱਥੇ ਰੇਤ ਮਾਫੀਆ, ਸ਼ਰਾਬ ਮਾਫੀਆ ਰੱਜ ਕੇ ਪੰਜਾਬ ਨੂੰ ਲੁੱਟਿਆ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਤੇ ਜਦੋਂ ਅਸੀਂ ਉਦੋਂ ਨਾ ਵਿਧਾਨ ਸਭਾ 'ਚ ਖੜੇ ਹੋ ਕੇ ਕਹਿੰਦੇ ਸੀ ਵੀ ਕੈਪਟਨ ਸਾਹਿਬ, ਤੁਸੀਂ ਵਾਅਦੇ ਪੂਰੇ ਨਹੀਂ ਕਰ ਰਹੇ, ਆਹੀ ਤੁਹਾਡੇ ਇੱਥੋਂ ਵਾਲਾ MLA, ਆਹੀ ਚੰਨੀ, ਇਹ ਸਾਨੂੰ ਐਂ ਪੈਂਦੇ ਹੁੰਦੇ ਸੀ ਵੀ ਸਾਡਾ ਬੱਬਰ ਸ਼ੇਰ, ਇਹਨੂੰ ਨਾ ਕੁਛ ਕਹੋ। ਆ ਜਿਹੜੇ 132 ਮੌਤਾਂ ਮਾਝੇ ਦੇ ਵਿੱਚ ਹੋਈਆਂ ਸੀ, ਉਹ ਕਿਹਦੀ ਵਿਕਟਮ ਦੀ ਸ਼ਰਾਬ ਸੀ? ਤੁਹਾਡੀ ਸੀ ਜਾਂ ਸਾਡੀ ਸੀ? ਇਹਨਾਂ ਦੀ ਸੀ। ਆ ਜਿਹੜਾ ਰਾਜਪੁਰੇ ਘਣਾਉਣ ਵਾਲੇ ਇਹਨਾਂ ਦੇ MLA ਆ, ਉਹਨਾਂ ਦੀ 2 ਨੰਬਰ ਦੀ ਫੈਕਟਰੀ ਦੀ ਸ਼ਰਾਬ ਮਾਝੇ ਜਾ ਕੇ 132 ਜਾਨਾ ਪੰਜਾਬ ਦੇ ਜਿਹੜੇ ਲੋਕ ਉਹਨਾਂ ਦੇ ਗਈਆਂ, ਤੇ ਉਹੀ ਲੋਕਾਂ ਦੇ ਘਰੇ ਹੁਣ ਅਫਜੋਤ ਸਿੰਘ ਸਿੱਧੂ ਜਾ ਕੇ ਲੰਚ ਡਿਨਰ ਕਰਦਾ ਤੇ ਕਹਿੰਦਾ ਵੀ ਇਲੈਕਸ਼ਨ ਇਹਦੀ, ਇਲੈਕਸ਼ਨ ਮੇਰੀ ਹੈ। ਉਹੀ ਸਾਰੀ ਟੀਮ ਹੈ। ਆ ਕੱਲ੍ਹ ਘੇਰੇ ਆ ਸੁਖੀ ਰੰਧਾਵਾ ਤੇ ਰਾਜਾ ਵੜਿੰਗ, ਉਹ ਕਹਿੰਦੇ ਜੀ ਤੁਸੀਂ ਵਾਅਦੇ ਕੀਤੇ ਸੀ, ਵਾਅਦੇ ਨੂੰ ਪੂਰੇ ਕਰਦੇ। ਉਹਦਾ ਕਹਿੰਦੇ ਕੈਪਟਨ ਨੇ ਨਹੀਂ ਕੀਤਾ 4.5 ਸਾਲ। ਕਮਾਲ ਦੀ ਗੱਲ ਹੈ ਯਾਰ, ਸਾਡੇ ਕੋਲ ਤਾਂ ਕਹਿੰਦੇ ਹੋਲੀ 2 ਮਹੀਨਿਆਂ ਤੋਂ ਕਮਾਂਡ ਆਈ ਹੈ। ਇਹ ਤਾਂ ਫਿਰ ਗੱਲ ਹੀ ਸੌਖੀ ਹੈ, ਹਰੇਕ ਪਾਰਟੀਆਂ ਕਰਿਆ ਕਰੂਗੀ, ਸਰਕਾਰ ਬਣਾ ਕੇ 4.5 ਸਾਲ ਇੱਕ ਮੁੱਖ ਮੰਤਰੀ ਰੱਖਿਆ ਕਰੂਗੀ ਤੇ 6 ਮਹੀਨਿਆਂ ਬਾਅਦ ਲਾਸਟ ਤੇ ਬਦਲਦਾ ਕਰਨਗੇ ਵੀ ਭਾਈ ਉਹ ਤਾਂ ਉਹ ਨਿਕੰਮਾ ਸੀਗਾ, ਹੁਣ ਨਵਾਂ ਲਿਆਂਦਾ। ਜੇ ਕੈਪਟਨ ਵੀ ਹੁੰਦਾ ਨਾ ਜਿਹੜੇ ਲਾਣ ਚੰਨੀ ਕਰ ਰਿਹਾ, ਉਹਨੇ ਵੀ ਲਾਸਟ ਵਾਲੇ 6 ਮਹੀਨਿਆਂ 'ਚ ਹੀ ਲਾਣ ਕਰਨੇ ਸੀ।
ਅਸੀਂ ਕੇਜਰੀਵਾਲ ਨੂੰ ਬੰਟੇ ਨਹੀਂ ਖੇਡਣੇ ਆਉਂਦੇ, ਗੁੱਲੀ ਡੰਡਾ ਨਹੀਂ ਆਉਂਦਾ, ਕਮਾਲ ਦੀ ਗੱਲ ਆ। ਉਹ ਕੇਜਰੀਵਾਲ ਕਹਿ ਕੇ ਗਿਆ ਫਿਰ ਵੀ ਭਾਈ ਨਾ ਮੈਨੂੰ ਬੰਟੇ ਖੇਡਣੇ ਆਉਂਦੇ ਆ, ਨਾ ਮੈਨੂੰ ਗੁੱਲੀ ਡੰਡਾ ਖੇਡਣਾ ਆਉਂਦਾ, ਪਰ ਮੈਨੂੰ ਲੋਕਾਂ ਦੇ ਬੱਚਿਆਂ ਦੇ ਸਕੂਲ ਬਣਾਉਣੇ ਆਉਂਦੇ, ਮੈਨੂੰ ਹਸਪਤਾਲ ਬਣਾਉਣੇ ਆਉਂਦੇ ਆ। ਜੋ ਲੋਕਾਂ ਨੂੰ ਚਾਹੀਦਾ, ਜੋ ਇੱਕ ਮੁੱਖ ਮੰਤਰੀ ਦਾ ਕੰਮ ਹੈ, ਮੈਨੂੰ ਇਮਾਨਦਾਰੀ ਨਾਲ ਸੂਬਾ ਚਲਾਉਣਾ ਆਉਂਦਾ, ਮੈਨੂੰ ਉਹਨਾਂ ਲੋਕਾਂ ਦੇ ਸਿਕੰਜਾ ਕਸਣਾ ਆਉਂਦਾ ਜਿਹੜਾ ਲੋਕਾਂ ਦੇ ਟੈਕਸ ਦੇ ਪੈਸੇ ਖਾਂਦੇ ਆ, ਇਹ ਆ ਮੁੱਖ ਮੰਤਰੀ ਦਾ ਕੰਮ। ਜੇ ਬਾਗੇ ਪੁਰਾਣੇ ਚੰਗੇ ਸਕੂਲ ਚਾਹੀਦੇ ਆ, ਉਹ ਕੇਜਰੀਵਾਲ ਬਣਾਊਗਾ ਜਾਂ ਚੰਨੀ ਬਣਾਊਗਾ? ਜੇ ਚੰਗੇ ਹਸਪਤਾਲ ਚਾਹੀਦੇ ਆ, ਉਹ ਕੇਜਰੀਵਾਲ ਬਣਾ ਸਕਦਾ ਜਾਂ ਚੰਨੀ ਬਣਾ ਸਕਦਾ? ਇੱਕੋ ਇੱਕ ਲੀਡਰ ਹਿੰਦੁਸਤਾਨ ਦੇ ਇਤਿਹਾਸ 'ਚ। ਤੁਸੀਂ ਕਿੱਧਰ ਚਲੇ ਜਾਓ, ਸਾਊਥ ਦੇ ਵਿੱਚ ਚਲੇ ਜਾਓ, ਕੰਨਿਆ ਕੁਮਾਰੀ ਤੱਕ, ਤਾਮਿਲਨਾਡੂ ਤੱਕ, ਅੱਜ ਤੱਕ ਨਹੀਂ ਹੋਇਆ ਵੀ ਕਿਸੇ ਮੁੱਖ ਮੰਤਰੀ ਨੇ ਜਿਹੜੇ ਵਾਅਦੇ ਕੀਤੇ ਹੋਣ ਸਾਰੇ ਸਾਰੇ ਪੂਰੇ ਕਰਦੇ ਹੋਣ। ਇੱਕੋ ਲੀਡਰ ਆ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ, ਤੇ ਲੋਕਾਂ ਤੋਂ ਇਹ ਕਹਿ ਵੋਟਾਂ ਲਈਆਂ ਵੀ ਦਿੱਲੀ ਦੇ ਲੋਕਾਂ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ। ਪੰਜਾਬ ਨੂੰ ਵੀ ਜੇ ਕੋਈ ਲੀਆ ਸਿਰ ਚਾੜ ਸਕਦਾ ਤਾਂ ਇੱਥੇ ਤਨਖਾਹ ਤੇ ਕੰਮ ਕਰਨ ਵਾਲੇ MLA ਲੈ ਕੇ ਆਉਣੇ ਪੈਣਗੇ, ਤੇ ਤਨਖਾਹ ਤੇ ਕੰਮ ਕਰਨ ਵਾਲੇ ਬਾਗੇ ਪੁਰਾਣੇ ਵਾਲੇ ਉਹ ਤਾਂ ਹੀ ਆਉਣਗੇ ਜਿਹੜੇ ਵੋਟਾਂ 'ਚ ਸ਼ਰਾਬਾਂ ਦੇ ਪੈਸੇ ਨਹੀਂ ਵੰਡਣਗੇ। ਕਿਉਂਕਿ ਜਿਹਦਾ ਵੋਟਾਂ 'ਚ 2-4 ਕਰੋੜ ਰੁਪਇਆ ਲੱਗਿਆ ਹੋਇਆ, 5-7 ਕਰੋੜ ਰੁਪਇਆ ਲੱਗਿਆ ਹੋਇਆ, ਤੁਸੀਂ ਆਪ ਸਾਹਿਬ ਲਾਓ ਨਾ, ਜਨ ਦੀ ਸੇਵਾ ਕਰਨੀ ਔਖੀ ਹੋ ਜਾਂਦੀ ਹੈ ਇੱਕ ਦਿਨ, ਅਤੇ ਸਾਰੇ ਹਲਕੇ ਨੂੰ ਪਈ ਜਾਂਦੇ ਰਹਿੰਦੇ ਆ 2 ਮਹੀਨੇ, ਕਿੰਨਾ ਖਰਚ ਆਉਂਦਾ ਹੋਊਗਾ? 25,000 ਰੁਪਇਆ ਤਨਖਾਹ ਹੈ MLA ਦੀ, 25,000 ਪਿੱਛੇ ਨਹੀਂ ਲਾਉਂਦੇ 1 ਕਰੋੜਾ ਰੁਪਇਆ। ਸੋ ਜੇ ਤਨਖਾਹ ਤੇ ਕੰਮ ਕਰਨ ਵਾਲੇ MLA ਲੈ ਕੇ ਆਉਂਗੇ ਤਾਂ ਹੀ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਤੱਕ ਪਹੁੰਚੂਗਾ। ਸੋ ਫੈਸਲਾ ਤੁਸੀਂ ਕਰਨਾ ਵੀ ਜਿਨ੍ਹਾਂ ਨੇ ਰਾਜਨੀਤੀ ਨੂੰ ਵਪਾਰ ਬਣਾਇਆ ਉਹਨਾਂ ਨੂੰ ਲੈ ਕੇ ਆਉਣਾ ਜਾਂ ਤਨਖਾਹ ਤੇ ਕੰਮ ਕਰਨ ਵਾਲੇ ਨੂੰ ਲੈ ਕੇ ਆਉਣਾ। ਸੋ ਇਹੀ ਬੇਨਤੀ ਹੈ ਕਿ ਸਮਾਂ ਥੋੜ੍ਹਾ ਰਹਿ ਗਿਆ, ਸੱਚ ਦਾ ਸਾਥ ਦਿਓ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਮਾਨਦਾਰ ਕੌਣ ਹੈ, ਸਾਰਿਆਂ ਨੂੰ ਪਤਾ ਕਿ ਬੇਈਮਾਨ ਕੌਣ ਹੈ। ਸੋ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ, ਪਰ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਨੂੰ ਵੋਟ ਪਾਓ, ਕਿ ਜਿਹੜੀ ਦਿਲੋਂ ਪਾਰਟੀ ਇਮਾਨਦਾਰ ਲੱਗਦੀ ਹੈ ਦੋਵੇਂ ਬਾਂਹ ਖੜੀਆਂ ਕਰਕੇ ਵਿਸ਼ਵਾਸ ਦਵਾਇਓ ਕਿ ਉਹਨੂੰ ਵੋਟ ਪਾਓ। ਇਹ ਨਾ ਹੋਵੇ ਵੀ ਦਿਲੋਂ ਤਾਂ ਇਮਾਨਦਾਰ ਹੋਰ ਲੱਗਦੀ ਹੋਵੇ ਤੇ ਉਧਰੋਂ ਫੋਨ ਆ ਜਾਵੇ ਭੂਆ ਦੇ ਮੁੰਡੇ ਦਾ ਜਾਂ ਪ੍ਰਾਹੁਣੇ ਦਾ ਵੀ ਨਹੀਂ ਬਈ ਆਪਣੀ ਦਾ ਫਲਾਣ ਨਾਲ ਸੰਗੀਤ ਗਿਆ ਕਿ ਵੋਟ ਉੱਧਰ ਪਾਉਣੀ ਹੈ। ਦੋਵੇਂ ਬਾਂਹ ਖੜੀਆਂ ਕਰਕੇ ਵਿਸ਼ਵਾਸ ਦਵਾ ਦਿਓ ਵੀ ਜਿਹੜੀ ਦਿਲੋਂ ਇਮਾਨਦਾਰ ਪਾਰਟੀ ਲੱਗਦੀ ਹੈ ਕਿ ਉਹਨੂੰ ਵੋਟ ਪਾ ਕੇ ਆਵਾਂਗੇ, ਪਾ ਕੇ ਆਉਂਗੇ ਨਾ। ਤੇ ਮੈਂ ਤੁਹਾਨੂੰ ਇੱਕ ਗੱਲ ਵਿਸ਼ਵਾਸ ਨਾਲ ਕਹਿ ਸਕਦਾ, ਜੇ ਦਿਲੋਂ ਇਮਾਨਦਾਰ ਪਾਰਟੀ ਨੂੰ ਵੋਟ ਪਾ ਕੇ ਆਵਾਂਗੇ, ਇੱਕ ਵੀ ਵੋਟ ਝਾੜੂ ਤੋਂ ਆਮ ਆਦਮੀ ਪਾਰਟੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੈ ਸਕਦੀ, ਸਾਰੀਆਂ ਸਾਰੀਆਂ ਝਾੜੂ ਨੂੰ ਪੈਣਗੀਆਂ। ਸੋ ਬਹੁਤ ਬਹੁਤ ਧੰਨਵਾਦ। ਇਨਕਲਾਬ ਆਮ ਆਦਮੀ ਪਾਰਟੀ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।